ਚੌਧਰੀ ਸਾਹਿਬ ਬਿਸਤੀ ਕਰਾਈ ਜਾਂਦੇ ਨੌ ਚੜ੍ਹ ਦੀਆਂ ਮੁੱਛਾਂ ਰੱਖੀਆਂ ਜੇ ਚੌਧਰੀ ਪਿੰਡ ਦਾ ਤੂੰ। ਅੱਛਾ ਚਦਰਾਣੀ ਜੀ ਤੁਸੀਂ ਵੀ ਕੋਈ ਸ਼ੈ ਬਣਾਈਏ, ਕੋਈ ਦਹੀਂ ਭੱਲੇ, ਕੋਈ ਗੋਸ਼ਤ ਵਗੈਰਾ, ਕੋਈ ਹਾਂਡੀ, ਕੋਈ ਸਬਜ਼ੀ ਬਣਾਈਏ ਜਾਂ ਸਿਰਫ ਤੁਸੀਂ ਵੀ ਖਾਲੀ ਮੂੰਹ ਹੀ ਬਣਾਇਆ। ਇਹ ਲਓ ਜੀ ਆਪਣੇ ਪਿਆਰੇ ਹੱਥਾਂ ਦੇ ਨਾਲ ਨਾ ਇਹ ਗੋਸ਼ਤ ਤੁਸੀਂ ਵੰਡ ਦੇ ਆਪਣੇ ਮਹਿਮਾਨਾਂ ਦੇ ਦਿਓ। तेन ते चाहिदा लश पश हो के आना, तू इंजी आ गया। चौरी साहब की दसा, ईद उन्हां लोकां वास्ते जिन्हां दे घरां च गोशत दा जाना है या जिन्हां ने कुर्बानियां कीतियां ने, माड़े बंदे दी कादी ईद हैगी है। माड़ा बंदा डीकदा रहिंदा जी मेरे घर गोश्त आएगा मैं पकावांगा खावांगा, वो शाम पै जांदी है वो उन्हां ही भिंडियां नाल रोटी खा रहा हुंदा जिहड़ियां कि एक दिन पहले पक्कियां हुंदियां ने। ईद तो उन्हां बंदियां दी जिन्हां दे घर गोश्त, उन्हें तो अलहम्दुलिल्लाह सुन्नत इब्राहिम तो सानू खुशी है, लेकिन अजकल जो माहौल चल रहा गोश्त दे हवाले नाल लोकां दे जिहड़े ने लोकी अपने अपने नां करदे ने ਉਹਨਾਂ ਦੇ ਘਰ ਹੀ ਮੁੜ ਮੁੜ ਕੇ ਗੋਸ਼ਤ ਭੇਜ ਰਹੇ ਹੁੰਦੇ ਨੇ ਜਿਨ੍ਹਾਂ ਦੇ ਘਰ ਪਹਿਲੀ ਕੁਰਬਾਨੀ ਹੋ ਰਹੀ ਹੈ। ਬਾਕੀ ਤੂੰ ਠੀਕ ਹੈ? ਚੌਧਰੀ ਸਾਹਿਬ ਦੀਦਾਰ ਕਰ ਲਈਏ ਈਦ ਦਾ ਦਿਨ ਅੱਜ। ਆਹ ਦੱਸੋ ਕਿ ਤੁਸੀਂ ਕੋਈ ਕੁਰਬਾਨੀ ਕੀਤੀ ਹੈ ਕਿ ਅਸੀਂ ਇੱਥੇ ਆਣ ਕੇ? ਯਾਰ ਮੈਂ ਮੁੰਡੇ ਨੂੰ ਭੇਜਿਆ। ਅੱਛਾ ਪਾਣੀ ਚ ਲੱਸੀ ਨਾ ਪਾ, ਜਿੰਨੀ ਗਰਮੀ ਆ ਅੱਜ ਈਦ ਦਾ ਦਿਹਾੜਾ, ਅੱਜ ਤੇ ਚੋਰੀ ਕੋ ਖਾਲਸ ਪਿਆ ਦੇ ਕਿ ਅੱਜ ਵੀ ਕੰਜੂਸੀ ਨਾਲ ਜਿਹੜਾ ਇੱਧਰ ਆ ਕੇ ਬਹਿ ਯਾਰ। ਉਹ ਤੁਸੀਂ ਦੇ ਪੈਸੇ ਬੜੇ ਥੋੜੇ ਦਿੱਤੇ ਨੇ, 10 ਲੱਖ ਤੋਂ ਥੱਲੇ ਦੇ ਬੱਚਾ ਮਿਲਦੇ ਨੀ ਪਿਆ। ਅਗਰ ਵਛਾ ਨਹੀਂ ਨਾ ਲੈਂਦਾ ਤੇ ਉੱਥੋਂ ਕੋਈ ਕੁਕੜੀ ਲੈ ਆਵੋ, ਕੁਰਬਾਨੀ ਕਰ ਲੈ ਚੌਧਰੀ, ਤੇਰਾ ਵੀ ਬੇੜਾ ਹੀ। ਚੌਧਰੀ ਦੀ ਇਹਦੀ ਵੀ ਗੱਲ ਕੋਈ ਨੀ ਲੱਗੀ ਸਮਝ, ਪਿੰਡਾਂ 'ਚ ਮੰਨੀ ਜਾਂਦੀ ਚੌਧਰੀ ਸਾਹਿਬ ਦੀ। ਹਾਂਜੀ, ਅੱਲਾ ਦਾ ਸ਼ੁਕਰ ਹੈ ਜਿੱਦਾਂ ਮਰਜ਼ੀ ਚੌਧਰੀ ਲੈ ਆਉਂਦੇ ਨੇ। ਆਪ ਸਿਨੇ ਭੇਜੇ ਨੇ ਕਿ ਕੋਈ ਖੱਲ ਹੋਵੇ, ਕੋਈ ਆਂਦਰਾ, ਕੋਈ ਹੁਣ ਕੋਈ ਆਪਣਾ ਉਜਰੀ ਹੋਵੇ ਤੇ ਉਹ ਮੈਨੂੰ ਦੇ। ਚੌਧਰੀ ਸਾਹਿਬ ਬਿਸਤੀ ਕਰਾਈ ਜਾਂਦੇ, ਨੌ ਚੜ੍ਹ ਦੀਆਂ ਮੁੱਛਾਂ ਰੱਖੀਆਂ ਜੇ ਚੌਧਰੀ ਪਿੰਡ ਦਾ ਤੂੰ। ਅਗਲੇ ਕੱਪੜੇ ਚੌਧਰੀ ਨੂੰ ਦੇ ਕੇ ਜਾਂਦੇ ਨੇ, ਮਹੱਲੇ ਚ ਕੋਈ ਵੀ ਸਦਕਾ ਦੇਣਾ ਹੋਵੇ ਨਾ ਅਗਲੇ ਚੌਧਰੀ ਕੋਲ ਚੋਰੀ ਸਾਹਿਬ ਬੜੇ ਘੁੱਟ ਕੇ ਫੜਾਉਂਦੇ ਨੇ ਚੋਰੀ ਦੇ ਨੇ। ਅੱਛਾ ਲੈ ਮੈਂ ਇੰਜ ਗਿਆ ਤੇ ਮੈਂ ਇੰਜ ਮੱਛਾ ਖਰੀਦ ਕੇ ਰੋਟੀ ਖਾ ਕੇ ਜਾਣਾ ਭਰਾਵਾ, ਤੁਸੀਂ ਜਾਣਾ ਨਹੀਂ। ਆ ਭਾਈ ਬਹਿ ਜਾ, ਤੇਰੀ ਮਿਹਰਬਾਨੀ। ਨੋਟਾਂ ਤੇ ਵੇਖ ਲੈ, ਇੱਥੇ ਵੀ ਲਿਖਿਆ ਕਿ ਪਾਕਿਸਤਾਨ ਜ਼ਿੰਦਾਬਾਦ। ਪਹਿਲੇ ਤੇ ਬੱਛਾ ਤੁਸੀਂ ਲਿਆਉਣਾ, ਉਸ ਤੋਂ ਬਾਅਦ ਤੁਸੀਂ 2-3 ਘੰਟੇ ਕਸਾਈ ਲੱਭਣਾ। ਮੈਂ ਜੀ ਭਾਜੀ 1 ਮਿੰਟ 'ਚ ਆਇਆ ਤੇ ਮੈਂ ਤੁਹਾਨੂੰ ਆਖ ਦੱਸ ਦਿੰਦਾ। ਚੰਗਾ ਤੁਸੀਂ ਚੌਧਰੀ ਲਾਲ ਕਰ ਲਓ। ਆ ਹਰਾਮ ਚੀਜ਼ ਨਹੀਂ ਦੀ ਕੁਰਬਾਨੀ ਨਹੀਂ ਲੱਗਦੀ ਬਾਬਾ। ਮੈਂ 1 ਮਿੰਟ ਆਇਆ ਜੀ, ਮੈਂ 1 ਮਿੰਟ 'ਚ ਆਇਆ। ਚੌਧਰੀ ਸਾਹਿਬ ਸੱਪ ਮਰਿਆ ਉਧਰ ਕਾ ਮੂੰਹ ਹੁੰਦਾ, ਇੱਟਾਂ ਮਾਰੀ ਏਡੇ ਵੱਡੇ ਇਲਾਕੇ ਦਾ ਚੌਧਰੀ ਤੇ ਹੁਣ ਇਹ ਖਾਲੀ ਹੱਥ ਜਾਂਦੇ ਚੰਗੇ ਲੱਗਦੇ ਨੇ? ਹੁਣ ਇਹਨਾਂ ਨੂੰ ਗੋਸ਼ਤ ਖਵਾ ਕੇ ਭੇਜਣਾ ਪਾਵਾਂ, ਪਰਸੋਂ ਖਵਾਈਏ, ਟੈਨਸ਼ਨ ਨੀ ਲੈਣੀ ਤੁਸੀਂ। ਮੈਨੂੰ ਚੀਜ਼ ਦੱਸੋ ਕਿ ਜਿਹੜੀ ਆਵਾਮ ਅੱਜ ਕੱਲ ਕਰ ਰਹੀ ਹੈ, ਕਰਨਾ ਚਾਹੀਦਾ। ਕੁਰਬਾਨੀ ਦੇਣ ਦਾ ਮਤਲਬ ਕੀ ਹੁੰਦਾ ਕਿ ਜਿਹੜੇ ਮੁਸਤਹਿਕ ਲੋਕ ਨੇ, ਜਿਹੜੇ ਹੱਕਦਾਰ ਲੋਕ ਨੇ ਗੋਸ਼ਤ ਦੇ, ਜਿਹੜੇ ਗਰੀਬ ਲੋਕ ਨੇ, ਹਮਸਾਏ ਨੇ, ਚਾਹੇ ਉੱਤੋਂ ਆਉਂਦੇ ਨੇ, ਉਹਨਾਂ ਨੂੰ ਦੇਣਾ ਚਾਹੀਦਾ ਜਾਂ ਆਪਣੀ ਫਰਿੱਜ ਭਰ ਲੈਣੀ ਚਾਹੀਦੀ? ਗੋਸ਼ਤ ਦੇ 3 ਹਿੱਸੇ ਕਰਨੇ ਚਾਹੀਦੇ ਨੇ, ਇੱਕ ਹਿੱਸਾ ਮਸਜਿਦ ਦੇ ਵਿੱਚ ਘੱਲੀਦਾ,
ਤੇ ਇੱਕ ਹਿੱਸਾ ਜਿਹੜਾ ਹੈ ਨਾ ਰਿਸ਼ਤੇਦਾਰਾਂ ਨੂੰ ਇੱਕ ਹਿੱਸਾ ਜਿਹੜਾ ਆਪ ਰੱਖਣਾ ਚਾਹੀਦਾ ਤੇ ਜਿਹੜੇ ਨੇ ਉਹ ਗਰੀਬ ਲੋਕ ਉਹ ਮਰ ਜਾਣ ਨਹੀਂ ਜੀ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਅੱਜ ਕੱਲ੍ਹ ਜਿਹੜੀ ਕਸਾਈਆਂ ਦੀ ਬਾਤ ਹੈ ਜ਼ਿੱਬੀ ਹੈ ਕਸਾਈ ਪਤਾ ਕੀ ਕਰਦੇ ਨੇ ਕੀ ਕਰਦੇ ਨੇ ਜਾਨਵਰ ਹਲਾਲ ਕਰਕੇ ਨਾ ਛੁਰੀ ਫੇਰ ਕੇ ਤੇ ਉੱਥੇ ਆਪਣਾ ਉਹ ਸ਼ਗਿਰਦ ਛੱਡ ਜਾਂਦੇ ਨੇ ਜਿੰਨੇ ਜ਼ਿੰਦਗੀ ਦੇ ਵਿੱਚ ਜਾਨਵਰ ਦਾ ਮੂੰਹ ਨਹੀਂ ਵੇਖਿਆ ਹੁੰਦਾ ਉਹ ਖੱਲ ਨੂੰ ਨੌਂਤੀ ਤੇ ਟੁੱਕ ਲਾ ਜਾਂਦਾ ਇਹਦੇ ਅਰਗੇ ਹੁੰਦੇ ਨੇ ਮੇਰੀ ਗੱਲ ਨਹੀਂ ਕਰਨੀ ਮੇਰੀ ਗੱਲ ਨਹੀਂ ਕਰਨੀ ਤੇਰੀ ਗੱਲ ਨਹੀਂ ਤੇਰੀ ਗੱਲ ਹੋਈ ਹੈ ਕਿਤੇ ਇੱਧਰ ਵੀ ਆਉਂਦੇ ਹੁੱਕਾ ਕਿ ਤੂੰ ਇਕੱਲੇ ਹੀ ਇੱਥੇ ਲੱਗਦਾ ਅਸੀਂ ਸ਼ਾਮ ਤੱਕ ਹੁੱਕਾ ਹੀ ਪੀ ਪੂ ਕੇ ਤੇ ਟੁੱਟ ਜਾਣਾ ਕੀ ਗੱਲ ਕਰ ਰਿਹਾ ਤੂੰ ਬੜਾ ਚੁੱਪ ਬੈਠਾ ਯਾਰ ਮੈਂ ਬਾਬਾ ਗੱਲ ਕੀ ਕਰਾਂ ਮੈਂ ਗੋਸ਼ਾ ਤਾਂ ਡੀਕ ਰਿਹਾ ਸੁਬਾਹ ਦਾ ਅੱਜ ਈਦ ਦਾ ਦਿਨ ਇੱਕ ਦਾ ਟਾਈਮ ਹੋ ਗਿਆ ਅਜੇ ਤੱਕ ਕਿਸੇ ਪਾਸਿਓਂ ਨਾ ਖਤਮ ਦੀ ਆਵਾਜ਼ ਆਈ ਹੈ ਕਿ ਭਾਈ ਇੱਧਰ ਆਓ ਖਤਮ ਦਵਾਉਣ ਲੱਗੇ ਹਾਂ ਅਤੇ ਨਾ ਅਜੇ ਕਿਸੇ ਪਾਸਿਓਂ ਕੋਈ ਛਾਪਰ ਗੋਸ਼ਾ ਦਾ ਆਇਆ ਜਿਹੜੇ ਕੁਰਬਾਨੀ ਕਰਦੇ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਗਰੀਬ ਆਦਮੀ ਨੂੰ ਦੇਖੋ ਉਹ ਯਾਰ ਕੋਈ ਦੇਖੋ ਸੋਚੋ ਯਾਰ ਇਹ ਲੋਕ ਨਹੀਂ ਕਰ ਸਕਦੇ ਇਹਨਾਂ ਨੇ ਕਿੱਥੋਂ ਖਾਣਾ ਚੌਧਰੀ ਸਾਹਿਬ ਆਪਣਾ ਦੁਪੱਟਾ ਸਹੀ ਕਰ ਲਓ ਇਹਨਾਂ ਲੋਕਾਂ ਨੇ ਕਿੱਥੋਂ ਖਾਣਾ ਜ਼ਾਹਰ ਸਾਡੇ ਲੋਕਾਂ ਕੋਲੋਂ ਹੀ ਖਾਣਾ ਅਤੇ ਜੇ ਅਸੀਂ ਫਰਿੱਜਾਂ ਭਰ ਲਈਏ ਤਾਂ ਫਿਰ ਮਜ਼ੇਦਾਰੀ ਨਹੀਂ ਇਹ ਕੁਰਬਾਨੀ ਦੇ ਫਿਰ ਉਹਦੇ ਨਾਲੋਂ ਅਸੀਂ ਆਪਣੇ ਘਰ 'ਚ ਆਪ ਹੀ ਖਾ ਲਈਏ ਕਿਸੇ ਨੂੰ ਨਾ ਦੇਈਏ ਵੇਖੋ ਨਾ ਹੁਣ ਬਾਬੇ ਦਾ ਵੀ ਮੂੰਹ ਇੰਜ ਬਣਿਆ ਜਿਵੇਂ ਚਿਮਟਾ ਅਗਰ ਇਹਨੂੰ ਵੀ ਕੋਈ ਗੋਸ਼ਤ ਦੀ ਕੋਈ ਦੋ ਬੋਟੀਆਂ ਕਿਸੇ ਦਿੱਤੀਆਂ ਹੁੰਦੀਆਂ ਇਹ ਵੀ ਘਰ ਜਾ ਕੇ ਖਾਂਦਾ ਚਾਚੀ ਨੇ ਅੱਜ ਇਹਨੂੰ ਕੁੱਟ ਕੇ ਕੱਢ ਦਿੱਤਾ ਤਾਰੀਫ ਤੇ ਕਰਦਾ ਨਾ ਜਿਹੜੇ ਮਰਾਸੀਆਂ ਘਰ ਨਹੀਂ ਗੋਸ਼ਤ ਜਾਂ ਮਰਾਸੀ ਤਾਂ ਮਾਰੇ ਜਾਣੇ ਜੀ ਇੰਜੀ ਗੱਲ ਬੜੇ ਜਨਾਜ਼ੇ ਚ ਜਾਣੇ ਨੇ ਅੱਜ ਮਰਾਸੀਆਂ ਦੇ ਉਹ ਸਵੇਰ ਦੇ ਵਿਚਾਰੇ ਬੈਠੇ ਨੇ ਕਦੋਂ ਗੋਸ਼ਤ ਆਣਾ ਤੁਸੀਂ ਬਾਬਾ ਜੀ ਲਿਆ ਕੇ ਕਰੇਲੇ ਧਰੇ ਹੋਣੇ ਕਿ ਅੱਜ ਕਰੇਲਿਆਂ ਦੇ ਵਿੱਚ ਪਾ ਕੇ ਖਾਵਾਂਗੇ ਹਾਂ ਯਾਰ ਤੂੰ ਤੇ ਅੱਕੇ ਗੱਲਾਂ ਕਰਨਾ ਜਿਹੜੀ ਗੱਲ ਕਰਨਾ ਔਖਾ ਹੀ ਬੋਲਣ ਦੇ ਆ ਤੈਨੂੰ ਪਤਾ ਨਹੀਂ ਚੌਧਰੀ ਡੇਰੇ ਦੇ ਗੱਲ ਕਿਸ ਤਰ੍ਹਾਂ ਕਰੀ ਦੀ ਆ ਕੇ ਬੈਠ ਕੇ ਇੱਕ ਦੋ ਬੋਟੀਆਂ ਦੀ ਖਾਤਰ ਲੜਨ ਦਿਆਂ ਤੂੰ ਡਮਡਮ ਸਾਹਿਬ ਦੋ ਬੋਟੀਆਂ ਦੀ ਵਜ੍ਹਾ ਤੋਂ ਨਹੀਂ ਮੇਰੇ ਨਾਲ ਪਿਛਲੀ ਵਾਰੀ ਕੀ ਹਾਦਸਾ ਹੋਇਆ ਮੇਰਾ ਕਿ ਯਾਰ ਦੋਸਤ ਜਿਹੜਾ ਮੈਨੂੰ ਕਹਿਣ ਡਿਆ ਜੀ ਤੁਹਾਡਾ ਅਸੀਂ ਹਿੱਸਾ ਰੱਖਿਆ ਫਰਿੱਜ 'ਚ ਆਣ ਕੇ ਲੈ ਜਾਣਾ ਉਹ ਮੈਨੂੰ ਫਿਰ ਸ਼ਾਮ ਦੇ ਟਾਈਮ ਮਿਲਿਆ ਮੈਂ ਕਿਹਾ ਭਾਜੀ ਗੋਸ਼ਤ ਯਾਰ ਤੇਰਾ ਹਿੱਸਾ ਫਰਿੱਜ 'ਚ ਰੱਖਿਆ ਆਣ ਕੇ ਲੈ ਜੀ ਉਹ ਅੱਲਾ ਦੇ ਬੰਦਿਆ ਜਿਸ ਤਰ੍ਹਾਂ ਤੂੰ ਆਪਣੇ ਦੂਜੇ ਯਾਰਾਂ ਦੋਸਤਾਂ ਨੂੰ ਵਰਤਾ ਕੇ ਆਇਆ ਇੰਝ ਤੂੰ ਮੇਰੇ ਵੀ ਬੂਹੇ 'ਤੇ ਦੇ ਕੇ ਆ ਹੁਣ ਮੈਂ ਤੇਰਾ ਭਿਖਾਰੀ ਹਾਂ ਤੇਰੇ ਬੂਹੇ 'ਤੇ ਜਾ ਕੇ ਗੋਸ਼ਤ ਲੈ ਕੇ ਆਵਾਂ ਬਈ ਉਹਨੇ ਯਾਰ ਭਲਾ ਕਿਉਂ ਤੈਨੂੰ ਕਹਿਤੀ ਗੱਲ ਕਿ ਤੇਰਾ ਹਿੱਸਾ ਦੇਤਾ ਕਿਸੇ ਹੋਰ ਨੂੰ ਨੇ ਤੁਹਾਡੇ ਗੱਲ ਤਾਂ ਠੀਕ ਹੈ ਹੁਣ ਸਾਰੇ ਗੱਲਾਂ ਛੱਡੋ ਹੁਣ ਫਟਾਫਟ ਕੁਰਬਾਨੀ ਦਾ ਗੋਸ਼ਤ ਬਣਾਓ ਤੁਸੀਂ ਵੀ ਕਲੇਜੀ ਕਲੂਜੀ ਕਿਤੇ ਪਕਾ ਲਓ ਕਿਤੇ ਖਤਮ ਦਿਓ ਤੇ ਕਿਤੇ ਅਸੀਂ ਖਾ ਮਰ ਲਈਏ ਥੋੜਾ ਬੋਤਾ ਚੌਧਰੀ ਸਾਹਿਬ ਇਹ ਚੌਧਰਾਣੀ ਨੂੰ ਹੁਕਮ ਦਵੋ ਜਾ ਕੇ ਕੁਛ ਲੰਗਰ ਪਾਣੀ ਸਾਡੇ ਤੇ ਪਕਾਵੇ ਤੇ ਖਾਲੀ ਤੇ ਬਹਿ ਕੇ ਹੁਕਾ ਪੀ ਪੇ ਕੇ ਸੀਨਾ ਸਾੜ ਕੇ ਚਲੇ ਜਾਣਾ ਇੱਥੋਂ ਚੌਧਰਾਣੀ ਨੇ ਵੇਖ ਚੌਧਰੀ ਕਿਹੋ ਜਿਹਾ ਰੱਖਿਆ ਆ ਜਾ ਚੌਧਰਾਣੀ ਉਹ ਜੇ ਲੱਕੀ ਡੰਗਰ ਨਹੀਂ ਰੱਖਦੇ ਉਹ ਭਾਈ ਅੱਜ ਕੱਲ ਜਿੰਨਾ ਮੰਦਾ ਜਾਣਦੇ ਆ ਨਾ ਅੱਜ ਕੱਲ ਦੇਸਾਂ ਦੇ ਲੱਭ ਜੇ ਬੜੀ ਗੱਲ ਏ ਇਹ ਨਹੀਂ ਪਤਾ ਚੌਧਰੀ ਆਉਣੇ ਬੰਦ ਹੋ ਗਏ ਨਹੀਂ ਪਤਾ ਨਹੀਂ ਇਹਦਾ ਨਾ ਦਿਨ ਵੀ ਰੂਪ ਚੜਿਆ ਚੌਧਰੀ ਨੂੰ ਦੱਸੋ ਯਾਰ ਯਕੀਨ ਕਰੋ ਕਿ ਜਦੋਂ ਭਾਈ ਚੋਰ ਸਾਹਿਬ ਨੇ ਮਰਨਾ ਨਾ ਤੇ ਮਹੱਲੇ ਦੀਆਂ ਬੁੜੀਆਂ ਆ ਕੇ ਖਲੋ ਖਲੋ ਕਨਾਂ ਨੇ ਚੌਧਰੀ ਦਾ ਮੂੰਹ ਵੇਖਣ ਚਲੀਏ ਕਿਉਂ ਚੌਧਰੀ ਦਾ ਮੂੰਹ ਵੱਡਾ ਇੱਕ ਦਿਨ 'ਚ ਵੇਖਿਆ ਵੀ ਨਹੀਂ ਜਾਣਾ ਨਹੀਂ ਨਹੀਂ ਪੂਰਾ ਸਾਲ ਲੱਗਣਾ ਹੈ ਕਿਉਂਕਿ ਮੂੰਹ ਛੋਟਾ ਥੋੜਾ ਮੂੰਹ ਬੜਾ ਵੱਡਾ ਚੌਧਰੀ ਬੜੇ ਇਲਾਕੇ 'ਚ ਚੌਧਰੀ ਦਾ ਮੂੰਹ ਖਿਲ ਰਿਹਾ ਹੈ ਹਾਂਜੀ ਹਾਂਜੀ ਚੌਧਰੀ ਦੀ ਇੱਜ਼ਤ ਹੀ ਬੜੀ ਹੈਗੀ ਓਏ ਅੱਛਾ ਛੱਡੋ ਤੁਸੀਂ ਖਾਣਾ ਤਿਆਰ ਕਰੋ ਜਾ ਲਓ ਇਹ ਖਾਣਾ ਚੌਧਰੀ ਗੋਸ਼ਤ ਤੇ ਤੂੰ ਸਾਨੂੰ ਦੇਣਾ ਨਹੀਂ ਤੇ ਚਧਰਾਣੀ ਬੈਠੀ ਹੈ ਸਾਡੇ ਸਾਹਮਣੇ ਇਹਨੂੰ ਬੈਠੀ ਰਹਿਣ ਦੇ ਓਏ ਹੋਸ਼ ਕਰ ਜਿੱਡਾ ਜਿੱਡਾ ਚੌਧਰੀ ਵਛਾ ਹਲਾਲ ਕਰਨ ਲੱਗਾ ਨਾ ਇਹਦੇ ਨਾਲ ਉਹ ਤਗੜੀਆਂ ਦੜਬੀਆਂ 'ਚ ਮੁਰਗੀਆਂ ਹੁੰਦੀਆਂ ਨੇ ਨਹੀਂ ਗੱਲ ਤੁਹਾਡੇ ਜਿਹੜਾ ਪਿੰਡ ਦਾ ਚੌਧਰੀ ਹੈ ਨਾ ਇਹਨੂੰ ਆਪ ਖੱਲਾਂ ਤੇ ਉਜਰੀ ਦੀ ਲੋੜ ਇਹਨੂੰ ਅੱਛਾ ਇਹ ਉਹ ਚੌਧਰੀ ਤੁਹਾਡਾ ਤੁਸੀਂ ਰੱਖਿਆ ਜਿਹੜਾ ਸਦਕਾ ਵੀ ਲੈ ਲੈਂਗੇ ਓਏ ਇੱਧਰ ਮੁੰਡੇ ਨੂੰ ਭੇਜਿਆ ਕਿ 10 15 20 ਉਜਰੀਆਂ ਇਕੱਠੀਆਂ ਕਰਕੇ ਲੈ ਆ ਆ ਮੱਲੇ 'ਚ ਨਾ ਐਲਾਨ ਕਰਵਾਇਆ ਚੌਧਰੀ ਨੇ ਹਜ਼ਰਤ ਕਿਸੇ ਦੀ ਫੌਤਗੀ ਹੋਈਏ ਮਰੇ ਬੰਦੇ ਦਾ ਸੂਟ ਮੈਨੂੰ ਦੇ ਦਿਓ ਹਜ਼ਰਤ ਕਿਸੇ ਨੂੰ ਕੋਈ ਸਦਕਾ ਦੇਣਾ ਹੋਵੇ ਚੌਧਰੀ ਨੂੰ ਸਦਕਾ ਵੀ ਲੱਗ ਜਾਂਦਾ ਇਹ ਉਹ ਚੌਧਰੀ ਹੈ ਆਪਣੇ ਚੌਧਰੀ ਸਾਹਿਬ ਦੀ ਇੱਜ਼ਤ ਹੋ ਰਹੀ ਹੈ ਹਾਂ ਉਹ ਖੱਲਾ ਚੌਧਰੀ ਸਾਹਿਬ ਨੇ ਭਲਾ ਕਿਉਂ ਮੰਗਾਈਆਂ ਉਜਨੀਆਂ ਕਿਉਂ ਮੰਗਾਈਆਂ ਉੱਤੇ ਲੈ ਕੇ ਸੌਂਦੇ ਨੇ ਆ ਨਹੀਂ ਯਾਰ ਮਸਜਿਦ ਵਿੱਚ ਦੇਣੀਆਂ ਆ ਮਸਜਿਦ 'ਚ ਦੇਣੀ ਆ ਸਾਰੇ ਮਸਜਿਦ ਦਾ ਠੇਕਾ ਤਾਂ ਤੁਸੀਂ ਚੁੱਕ ਲਿਆ ਚੌਧਰੀ ਸਾਹਿਬ ਉਜਨੀਆਂ ਦੇ ਮਸਜਿਦ ਦਿੰਦੇ ਕੁਝ ਨਹੀਂ ਚੌਧਰੀ ਪਹਿਲੇ ਕਸਾਈ ਹੁੰਦਾ ਸੀ ਉਹ ਚੌਧਰੀ ਪਹਿਲੇ ਕਸਾਈ ਹੁੰਦਾ ਸੀ ਹਾਂਜੀ ਫਿਰ ਚੋਰੀ ਬਣਿਆ ਮੇਰੀ ਚੌਧਰੀ ਸਾਹਿਬ ਤੁਸੀਂ ਤਾਂ ਮੈਨੂੰ ਕਦੇ ਹੀ ਜ਼ਮਾਨਦਰੋਂ ਪਿੱਛੇ ਜ਼ਿਮੀਦਾਰ ਹੁੰਨੇ ਆ ਸਮਝਿਆ ਕਿਰਿਆ ਕਸਾਈ ਤੋਂ ਪਹਿਲੇ ਚੌਧਰੀ ਨਾਈ ਹੁੰਦਾ ਸੀ ਆ ਨਹੀਂ ਕਸਾਈ ਉਹ ਭਾਈ ਤੁਹਾਨੂੰ ਗਲਤ ਫਹਿਮੀ ਹੋਈ ਜਿਹੜੀ ਮੈਨੂੰ ਗੱਲ ਦੱਸੀ ਉਸ ਤੋਂ ਪਹਿਲਾਂ ਹਲਵਾਈ ਹੁੰਦਾ ਸੀ ਚੌਧਰੀ ਸਾਹਿਬ ਐਵੇਂ ਕੀ ਸੁਣ ਰਹੀ ਆ ਨਹੀਂ ਅਨੇ ਚਧਰਾਣੀ ਜੀ ਤੁਸੀਂ ਕੱਲ ਨੂੰ ਤਰਫ ਹੋਈ ਨਾ ਡਮਡਮ ਸਾਹਿਬ ਮੇਰਾ ਖਿਆਲ ਹੈਗਾ ਅਸੀਂ ਕਸਾਈਆਂ ਦਾ ਕਸਾਈ ਰਹੇ
ਚਦਰਾਣੀ ਦਾ ਕਿਤੇ ਦਿਲ ਨਾ ਚੜਾ ਦੇਣਾ ਚੌਧਰੀ ਤੋਂ। ਹੁਣ ਇਹ ਦੱਸੋ ਕਿ ਸਾਰਾ ਦਿਨ ਕਸਾਈ ਲੱਭਦੇ ਆ ਰਹਿਣਾ ਕਿ ਕੁਰਬਾਨੀ ਹਲਾਲ ਵੀ ਹੋਏਗੀ, ਕਸਾਈ ਲੱਭਿਆ ਕਿ ਨਹੀਂ ਅਜੇ ਤੱਕ? ਚੌਧਰੀ ਸਾਹਿਬ ਮੇਰੀ ਗੱਲ ਹੋਈ ਕਸਾਈ ਦੇ ਨਾਲ, ਉਹ ਕਸਾਈ ਮੰਗਦਾ ਪਿਆ 14,000 ਰੁਪਈਆ। ਅੱਜ ਕਰ 150 ਰੁਪਈਆ ਮੰਗਦਾ ਨਾ, 150 ਰੁਪਇਆ ਮੰਗਦਾ ਤੇ ਉਹਨੂੰ ਦੇ ਆ। ਚੌਧਰੀ ਸਾਹਿਬ ਉਹਨੇ ਬੱਚਾ ਲਾਉਣਾ ਓਏ, ਉਹਨੇ ਬੱਚਾ ਲਾਉਣਾ, ਉਹ ਤੇਰੀ ਜਾਮਤ ਨਹੀਂ ਕਰਨੀ 150 ਦੀ। ਆ ਮੈਂ ਖੁਦ ਆ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ ਪਿਆ, ਲੱਗੀ ਸਮਝ? ਇਹ ਚੌਧਰੀ ਦਾ ਭੁੱਖਾ ਮਰੇਗਾ ਨਾਲ ਸਾਨੂੰ ਮਾਰਨ ਦੇ ਹੈ। ਟੁੱਟ ਪੈਣਿਆ ਤੂੰ ਲੈਣ ਗਿਆ ਸੀ? ਚਦਰਾਣੀ ਜੀ ਤੁਹਾਡਾ ਮੈਂ ਇੰਤਜ਼ਾਮ ਕਰਕੇ ਆਇਆ ਵਾਂ, ਪਰੇਸ਼ਾਨ ਇਹਨੂੰ ਤੁਸੀਂ ਭਰਾ ਫਾਰਾ ਕਰਾਓ, ਇਨਸ਼ਾਅੱਲਾ ਤਿੱਕੇ ਕਬਾਬ ਤੋਂ ਕੜਕਾਈਆਂ ਐ ਕੀ ਕਰਨ ਆਈਆਂ। ਅੱਛਾ ਚਦਰਾਣੀ ਜੀ ਤੁਸੀਂ ਕੋਈ ਸ਼ੈ ਬਣਾਈਏ, ਕੋਈ ਦਹੀਂ ਭੱਲੇ, ਕੋਈ ਗੋਸ਼ਤ ਵਗੈਰਾ, ਕੋਈ ਹਾਂਡੀ, ਕੋਈ ਸਬਜ਼ੀ ਬਣਾਈਏ, ਜਾਂ ਸਿਰਫ ਤੁਸੀਂ ਵੀ ਖਾਲੀ ਮੂੰਹ ਹੀ ਬਣਾਇਆ? ਚੌਧਰਾਣੀ ਜੀ ਤੁਸੀਂ ਇੰਜ ਨਾ ਕਰਿਆ ਕਰੋ, ਨਹੀਂ ਨਹੀਂ ਤੁਸੀਂ ਕਹਿੰਦੇ ਉੱਠ ਪੈਣਾ ਤੁਹਾਡੇ ਕਹਿਣ ਨਾਲ। ਗੋਸ਼ਤ ਲੈ ਕੇ ਮੈਂ ਹੁਣੇ ਗਿਆ, ਗੋਸ਼ਤ ਲੈ ਕੇ ਗੋਸ਼ਤ ਨਾ ਲੱਭੇ ਤੇ ਚਿਚੜੇ ਲੈ ਆਵਾਂ? ਅੱਛਾ ਕੁੱਤੇ ਨੂੰ ਪਾਣੇ ਹੁੰਦੇ ਨੇ। ਲੋ ਜੀ ਫਿਰ ਅੱਲਾ ਦੀ ਮਿਹਰਬਾਨੀ ਨਾਲ ਈਦ ਬੜੀ ਸੋਹਣੀ ਲੰਘੀ ਹੈ ਤੇ ਅੱਲਾ ਤਾਲਾ ਹਰ ਕਿਸੇ ਦੀ ਆਮੀਨ ਆਮੀਨ। ਚਤਰਾਣੀ ਸਾਹਿਬ ਗੋਸ਼ਤ ਆ ਗਿਆ ਜੀ, ਮੈਂ ਤੇ ਲੈਣਾ ਟਮ ਟਮ ਕਰਕੇ ਇਹ ਆਪਣਾ ਕੋਲਾ ਕਿਤੇ ਥੱਲੇ ਆਉਣਾ ਗੋਸ਼ਤ ਇਹ ਲੋ ਜੀ ਆਪਣੇ ਪਿਆਰੇ ਹੱਥਾਂ ਦੇ ਨਾਲ ਨਾ ਇਹ ਗੋਸ਼ਤ ਤੁਸੀਂ ਵੰਡ ਦੇ ਆਪਣੇ ਮਹਿਮਾਨਾਂ ਦੇ ਦਿਓ। ਇਹ ਚਤਰਾਣੀ ਇਹਨਾਂ ਨੂੰ ਫੜਾ, ਇਹਨਾਂ ਨੇ ਕਿੱਡੀ ਹੱਥ ਚੁੱਕੀ ਸੀ ਲੋ ਜੀ, ਹੈਂ ਸਮਝ ਹੀ ਨਹੀਂ ਆਉਂਦੀ ਇਹਨਾਂ ਦੀ। ਓਏ ਜਾਓ ਖਾਓ ਜਾ ਕੇ। ਲੋ ਜੀ ਸਭ ਨੂੰ ਫਿਰ ਈਦ ਮੁਬਾਰਕ ਸਾਡੇ ਨੂੰ, ਖੈਰ ਮੁਬਾਰਕ। ਗੋਸ਼ੇ ਲੈਣੀ ਬੈਠੇ ਸੀ, ਮਰਦੇ ਸੀ ਭੁੱਖੇ ਤੁਸੀਂ। ਨਾਜ਼ਰੀਨ ਸਾਡੇ ਸਾਰੇ ਦੋਸਤਾਂ ਦੀ ਤਰਫੋਂ ਔਰ ਸਾਡੇ ਜਿੰਨੇ ਵੀ ਇਸ ਟਾਈਮ ਐਕਟਰ ਔਰ ਦੋਸਤ ਮੌਜੂਦ ਨੇ, 2021 ਦੀ ਈਦ ਉਲ ਅਜ਼ਹਾ ਦਾ ਅੱਜ ਦਿਨ ਹੈ, ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਈਦ ਮੁਬਾਰਕ। ਈਦ ਮੁਬਾਰਕ। ਓਕੇ ਜੀ, ਈਦ ਮੁਬਾਰਕ। ਈਦ ਮੁਬਾਰਕ। ਬਾਏ ਬਾਏ ਜੀ। ਨਾਜ਼ਰੀਨ ਅਸੀਂ ਅੱਜ ਮੌਜੂਦ ਹੈਗੇ ਸੀ ਆਪਣਾ ਡੇਰਾ ਦੇ ਪ੍ਰੋਗਰਾਮ ਵਿੱਚ, ਅਤੇ ਉੱਥੇ ਅਸੀਂ ਚੌਧਰੀ ਨਾਲ ਕੀਤੀਆਂ ਨੇ ਬੜੀਆਂ ਮਜ਼ੇ ਮਜ਼ੇ ਦੀਆਂ ਗੱਲਾਂ ਅਤੇ ਖੱਟੀਆਂ ਮਿੱਠੀਆਂ ਗੱਲਾਂ, ਹੈ ਨਾ ਆਰਕੇ ਰਜ਼ਾਕ? ਤੁਸੀਂ ਕੁਛ ਕਹਿਣਾ ਚਾਹੋਗੇ? ਤੁਹਾਡਾ ਕਿਉਂ ਮੂੰਹ ਲਟਕਿਆ ਹੋਇਆ ਇੰਜ? ਅੱਜ ਈਦ ਦਾ ਦਿਨ ਹੈਗਾ, ਜਿਵੇਂ ਚਾਈਨਾ ਦਾ ਬੱਕਰਾ ਹੁੰਦਾ। ਓਹੋ ਤੁਸੀਂ ਜੁਗਤਾ, ਅੱਜ ਈਦ ਦਾ ਦਿਨ ਨਾਜ਼ਰੀਨ, ਅਤੇ ਅੱਜ ਸਭ ਤੋਂ ਪਹਿਲੇ ਤਾਂ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਦਿਲੀ ਈਦ ਮੁਬਾਰਕ। ਅਤੇ ਇੱਕ ਵਾਰੀ ਜ਼ਰਾ ਉੱਚੀ ਕਹਿਣਾ, ਈਦ ਮੁਬਾਰਕ। ਤੂੰ ਬੜਾ ਉੱਚੀ ਕਹਿਤਾ, ਤੇਰੀ ਆਵਾਜ਼ ਸ਼ੇਖੂਪੁਰੇ ਚਲੀ ਗਈ। ਨਹੀਂ, ਮੇਰੀ ਨਨਕਾਣੇ ਗਈ। ਅੱਛਾ, ਅਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ, ਸਾਡੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਮਤਲਬ ਸੀ ਉਹ ਇਹੀ ਸੀ ਕਿ ਈਦ ਹਮੇਸ਼ਾ ਰਲ ਮਿਲ ਕੇ ਹੁੰਦੀ ਹੈ। ਆਮ ਦਿਨ ਹੋਣ ਅਤੇ ਦੋਸਤ ਰਿਸ਼ਤੇਦਾਰ ਜਾਂ ਹਮਸਾਏ ਖੁਸ਼ੀ ਨਾਲ ਬੈਠੇ ਹੋਣ ਅਤੇ ਉਹ ਵੀ ਦਿਨ ਈਦ ਦਾ ਹੁੰਦਾ। ਅਗਰ ਤੁਸੀਂ ਕਿਵੇਂ ਮਨਾਈ ਈਦ? ਮੈਂ ਜਿਵੇਂ ਦਾੜੀ ਨਹੀਂ ਮਨਾਈ ਦੀ, ਮੈਂ ਈਦ ਮਨਾਈ ਹੈ। ਦਾੜੀ ਤਾਂ ਮੁੰਨੀ ਲੱਗਦੀ ਨਹੀਂ ਪਈ। ਨਹੀਂ, ਮਤਲਬ ਕਿ ਮੈਂ ਐਗਜ਼ਾਮਪਲ ਦਿੱਤਾ ਨਾ। ਤੁਸੀਂ ਕੀ ਲਿਆਏ ਸੀ? ਵੱਛਾ, ਬੱਕਰਾ ਕੇ ਕੁਕੜੀ ਲੈ ਆਈ ਸੀ? ਨਾਜ਼ਰੀਨ, ਅਸੀਂ ਉਮੀਦ ਕਰਨੇ ਕਿ ਅੱਜ ਦਾ ਸਾਡਾ ਪ੍ਰੋਗਰਾਮ ਤੁਹਾਨੂੰ ਬਹੁਤ ਹੀ ਅੱਛਾ ਲੱਗਾ ਹੋਏਗਾ। ਅਗਰ ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ, ਸਾਡਾ ਚੈਨਲ ਆਪਣਾ ਰੰਗ TV ਇਹਨੂੰ ਸਬਸਕ੍ਰਾਈਬ ਕਰੋ, ਸਾਡੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਇਨਸ਼ਾਅੱਲਾ ਅਸੀਂ ਨੈਕਸਟ ਟਾਈਮ ਵੀ ਇਸੇ ਤਰ੍ਹਾਂ ਦਾ ਪਿਆਰਾ ਜਿਹਾ ਪ੍ਰੋਗਰਾਮ ਔਰ ਪਿਆਰੀਆਂ ਜਿਹੀਆਂ ਗੱਲਾਂ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਵਾਂਗੇ। ਪਾਕਿਸਤਾਨ ਜ਼ਿੰਦਾਬਾਦ, ਸਭ ਕੋ ਬਹੁਤ ਬਹੁਤ ਈਦ ਮੁਬਾਰਕ। ਚਲੇ ਜੀ।